ਸੋ ਸਾਦੇ ਵਿਆਹ ਤੇ ਸਾਦੇ ਲੰਗਰ ਕਿਉਂ ਜ਼ਰੂਰੀ ਨੇ? ਜਿਸ ਇਨਸਾਨ ਦੇ ਦੋ ਜਾਂ ਤਿੰਨ ਜਾਂ ਚਾਰ ਕੁੜੀਆਂ ਹੋਣਗੀਆਂ, ਜੇ ਉਹ ਸਾਰਾ ਕੁਝ ਕੁੜੀਆਂ ਨੂੰ ਹੀ ਦੇ ਦੇਗਾ ਦਾਜ ਦੇ ਵਿੱਚ, ਬਸ ਜੇ ਉਹਦੇ ਇੱਕ ਦੋ ਮੁੰਡੇ ਵੀ ਨੇ ਜਾਂ ਉਹਨੇ ਆਪ ਵੀ ਸਾਰੀ ਜ਼ਿੰਦਗੀ ਰੋਟੀ ਖਾਣੀ ਆ, ਉਹ ਕਿੱਥੋਂ ਖਾਵੇਗਾ? ਜਿਹੜਾ ਦਾਜ ਮੰਗਦਾ ਆ, ਵੀ ਤੁਸੀਂ ਪਰਮਾਤਮਾ ਵੱਲੋਂ ਦਿੱਤੀ ਹੋਈ ਰੋਜੀ ਦੇ ਨਾਲ, ਰਿਜਕ ਨਾਲ, ਜੋ ਤੁਹਾਨੂੰ ਜੱਦੀ ਪੁਸ਼ਤੀ ਪਰਿਵਾਰ ਚੋਂ ਮਿਲਿਆ, ਤੁਸੀਂ ਉਹਦੇ ਨਾਲ ਨਹੀਂ ਰੱਜੇ, ਕਿਸੇ ਹੋਰ ਤੋਂ ਮੰਗ ਕੇ ਦਾਜ ਲੈ ਕੇ ਤੁਸੀਂ ਕਿੰਨਾ ਕੁ ਰੱਜੋਗੇ? ਮਤਲਬ ਵਿਆਹ ਦੇ ਵਿੱਚ ਮੁੰਡੇ ਵਾਲੇ ਇਉਂ ਮੰਗਦੇ ਆ ਤੇ ਭਖਾਰੀ ਇਉਂ ਮੰਗਦਾ ਹੈ, ਵੀ ਪਰ ਹੈ ਤਾਂ ਮੰਗਤੇ ਹੋਏ ਨਾ। ਕੁੜੀ ਵਾਲਿਆਂ ਤੋਂ ਦਾਜ ਲੈ ਕੇ, ਗੱਡੀ ਲੈ ਕੇ, ਉਸੇ ਵਿਆਹ ਦੇ ਵਿੱਚ ਡੀਜੇ ਲਾ ਕੇ ਨੱਚਣ ਦੇ ਹੁੰਦੇ ਆ, ਸਾਨੂੰ ਰੱਬ ਨੇ ਬਣਾਇਆ ਮਹਾਰਾਜੇ। ਓਏ ਤੁਸੀਂ ਸਾਰੇ ਲੋਕਾਂ ਦੇ ਮਹਾਰਾਜੇ ਹੋ, ਤੁਹਾਡੇ ਨਾਲ ਤਾਂ ਭਖਾਰੀ ਚੰਗਾ ਮੰਗ ਕੇ ਖਾਂਦਾ। ਲੱਖ ਦੀ ਲਾਣ ਪਿਆ ਉਹਨਾਂ ਐਨ ਆਰ ਆਈਆਂ ਤੇ ਜਿਹੜੇ ਜਾ ਕੇ ਕੁੜੀਆਂ ਵਾਲਿਆਂ ਨੂੰ ਕਹਿੰਦੇ ਜੀ ਸਾਡਾ ਤਾਂ ਹਜ਼ਾਰ ਬੰਦਾ ਆਊਗਾ, ਔਰ ਗੁਰੂ ਘਰਾਂ ਦੇ ਵਿੱਚ ਜਾ ਕੇ ਡੈਕੋਰੇਸ਼ਨਾਂ ਕਰਕੇ, ਗੁਰੂ ਘਰ ਦੇ ਲੰਗਰ ਹਾਲ ਨੂੰ ਮੈਰਿਜ ਪੈਲਸ ਬਣਾ ਕੇ ਵਿਆਹ ਕਰਨੇ ਬੰਦ ਕਰੋ। ਈਵਨ ਕਈ ਗੁਰੂ ਘਰਾਂ ਦੇ ਵਿੱਚ ਅਖੇ ਜੀ ਲੰਗਰ ਹਾਲ ਨਹੀਂ ਵਰਤਣ ਦਿੰਦੇ, ਬਾਹਰ ਅਸੀਂ ਤੰਬੂ ਲਾਇਆ ਹੋਇਆ। ਪ੍ਰਮਿਸਿਸ ਤਾਂ ਗੁਰੂ ਘਰ 'ਚ ਵੀ ਹੈ ਨਾ, ਹੈ ਤਾਂ ਗੁਰਦੁਆਰਾ ਸਾਹਿਬ ਦਾ ਨਾਮ ਹੀ ਉੱਥੇ, ਨਿਸ਼ਾਨ ਸਾਹਿਬ ਝੂਲਦਾ ਉੱਥੇ ਕਿ ਨਹੀਂ? ਇੰਨਾ ਮਹਿੰਗੇ ਮਹਿੰਗੇ ਖਰਚੇ ਕਰਕੇ ਵਿਆਹ ਕਰਨ ਤੇ ਲਾਉਂਦੇ ਆ, ਉਹੀ ਪੈਸਾ ਤੁਸੀਂ ਆਪਣੇ ਨਿਆਣੇ ਜਿਹਦੇ ਨਾਲ ਵਿਆਹ ਕਰ ਰਹੇ ਹੋ ਕੁੜੀ ਮੁੰਡੇ ਨੂੰ ਦਿਓ, ਉਹ ਚਾਹੇ ਆਪਣਾ ਘਰ ਲੈਣ, ਆਪਣਾ ਬਿਜ਼ਨਸ ਲੈਣ, ਕਿਸੇ ਪਾਸੇ ਲਾਉਣ। ਅਸੀਂ ਜਿੰਨੇ ਬਾਹਰ ਐਨ ਆਰ ਆਈ ਆਏ ਹਾਂ ਨਾ, ਜੇ ਅਸੀਂ ਆਪੋ ਆਪਣਾ ਪਿੰਡ ਜਾਂ ਆਪੋ ਆਪਣਾ ਮੁਹੱਲਾ ਹੀ ਅਡੋਪਟ ਕਰ ਲਈਏ, ਇਹ ਸਾਰਾ ਕੁਝ ਖਤਮ ਹੋ ਸਕਦਾ। ਫਾਹੇ ਲੱਗ ਕੇ ਮਰਨੋਂ ਲੋਕ ਹਟ ਸਕਦੇ, ਬਹੁਤ ਸਾਰੇ ਸੁਸਾਈਡ ਕਰ ਸਕਦੇ ਨੇ। ਅਸੀਂ ਮਹਾਰਾਜ ਦੇ ਸਰੂਪ ਨੂੰ ਨਦੀਆਂ ਕਿਨਾਰੇ ਲਿਜਾਂਦੇ ਹਾਂ, ਪਾਰਕਾਂ 'ਚ ਲਿਜਾਂਦੇ ਹਾਂ, ਦੂਜੀਆਂ ਸਟੇਟਾਂ ਕੰਟਰੀਆਂ 'ਚ ਲਿਜਾਂਦੇ ਹਾਂ। ਬੇਅਦਬੀ ਅਸੀਂ ਆਪ ਕਰਦੇ ਹਾਂ, ਉਹ ਕਦੀ ਬੇਅਦਬੀ ਦੇਖੀ ਆ? ਜਿਹੜੇ ਨਹਿਰ ਦੇ ਕੰਢੇ ਤੇ ਉੱਥੇ ਤੁਸੀਂ ਛੋਟਾ ਜਿਹਾ ਟੈਂਟ ਲਾ ਕੇ ਮਹਾਰਾਜ ਦਾ ਸਰੂਪ ਰੱਖਦੇ ਹਾਂ, ਕਿ ਉੱਥੇ ਆਲੇ ਦੁਆਲੇ ਕਦੀ ਦੇਖਿਆ ਵੀ ਕਿੰਨਾ ਗੰਦ ਹੋਊਗਾ? ਹਾਂਜੀ ਦੋਸਤੋ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਇੱਕ ਪੋਸਟ ਪਾਈ ਸੀ ਵੀ ਮੈਂ ਲਾਈਵ ਕਰਾਂਗਾ ਕੁਝ ਗੱਲਾਂ ਦੇ ਬਾਰੇ ਜਿਹੜੀਆਂ ਸਾਡੇ ਸਮਾਜ 'ਚ ਡੇਲੀ ਵਰਤਦੀਆਂ ਨੇ, ਐਂਡ ਮੈਨੂੰ ਜਿੱਥੇ ਤੱਕ ਲੱਗਦਾ ਵੀ ਉਹਨਾਂ ਚੀਜ਼ਾਂ ਨੂੰ ਫੀਲ ਸਾਰੇ ਕਰਦੇ ਹਾਂ ਆਪਾਂ, ਜਿੰਨੇ ਵੀ ਸਮਝਦਾਰ ਲੋਕ ਨੇ ਸਾਰੇ ਹੀ ਉਸ ਚੀਜ਼ ਨੂੰ ਫੀਲ ਕਰਦੇ ਹਾਂ, ਐਂਡ ਉਹਨੂੰ ਸਟੋਪ ਵੀ ਕਰਨਾ ਚਾਹੁੰਦੇ ਹਾਂ, ਪਰ ਕੋਈ ਬੋਲਦਾ ਨਹੀਂ। ਆਪਸ ਵਿੱਚ ਗਰੁੱਪਾਂ 'ਚ ਵੀ ਇਹਦੇ ਬਾਰੇ ਗੱਲਾਂ ਹੁੰਦੀਆਂ ਵੀ ਇਹ ਚੀਜ਼ ਰੁਕਣੀ ਚਾਹੀਦੀ ਆ। ਮੇਰਾ ਮਤਲਬ ਕਹਿਣ ਦਾ ਆ, ਸੋ ਸਾਦੇ ਵਿਆਹ ਅਤੇ ਸਾਦੇ ਲੰਗਰ ਕਿਉਂ ਜ਼ਰੂਰੀ ਨੇ, ਅੱਜ ਆਪਾਂ ਉਹਦੇ ਬਾਰੇ ਗੱਲਬਾਤ ਕਰਨੀ ਆ। ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਵਿਆਹਾਂ ਦੀ ਕਰਦੇ ਹਾਂ। ਪਹਿਲਾਂ ਸਮਾਂ ਹੁੰਦਾ ਸੀ ਵਿਆਹ ਦੇ ਉੱਤੇ 100-200 ਬੰਦਾ ਬਰਾਤ ਜਾਂਦੀ ਸੀ, ਐਂਡ ਲੋਕ ਦਾਜ ਲੈਂਦੇ ਸੀ। ਬਰਾਤ ਦਾ ਰੋਟੀ ਪਾਣੀ ਹੁੰਦਾ ਸੀ, ਕੜੇ ਮੁੰਦੀਆਂ ਪਵਾਉਂਦੇ ਸੀ, ਕੰਬਲਾਂ ਵੀ ਮਿਲਣੀਆਂ ਹੁੰਦੀਆਂ ਸੀ, ਫਿਰ ਟਰਾਲੀਆਂ ਭਰ ਕੇ ਅਤੇ ਟਰੱਕ ਭਰ ਕੇ ਪਿੰਡਾਂ ਦੇ ਵਿੱਚ ਦਾਜ ਆਉਂਦਾ ਸੀ। ਬੈੱਡ, ਸੋਫੇ, ਫਰਿੱਜਾਂ ਵਗੈਰਾ ਐਕਸੈਟਰਾ, ਸਮਾਨ ਸਾਰਾ, ਅਲਮਾਰੀਆਂ ਵਗੈਰਾ, ਇਹ ਆਉਂਦੀਆਂ ਸੀ। ਇਹ ਜਿਵੇਂ ਆਪਾਂ ਅੱਜ ਤੋਂ 25 ਸਾਲ ਪੁਰਾਣੀ ਗੱਲ ਕਰੀਏ ਜਾਂ ਉਦੋਂ ਪਹਿਲਾਂ ਦੀ ਕਰੀਏ ਤਾਂ ਉਦੋਂ ਦੀ, ਸ਼ਾਇਦ ਅੱਜ ਵੀ ਇਹ ਪੰਜਾਬ ਦੇ ਵਿੱਚ ਇਹ ਕੰਮ ਚੱਲਦਾ ਹੋਵੇਗਾ, ਪਰ ਉਸ ਟਾਈਮ 'ਚ ਇਹ ਆਮ ਇੱਕ ਗੱਲ ਹੁੰਦੀ ਸੀ। ਫਿਰ ਉਦੋਂ ਖਾੜਕੂ ਬਾਅਦ ਜਦੋਂ ਜ਼ੋਰਾਂ 'ਤੇ ਸੀ,
ਇੱਕ ਲਹਿਰ ਉੱਠੀ ਸੀ ਵੀ 11 ਬੰਦੇ ਬਰਾਤ ਦੇ ਲੈ ਕੇ ਜਾਓ ਅਤੇ ਦਾਜ ਪ੍ਰਥਾ ਬੰਦ ਕੀਤੀ ਜਾਵੇ। ਕਾਫੀ ਹੱਦ ਤੱਕ ਉਸ ਚੀਜ਼ ਨੂੰ ਠੱਲ ਵੀ ਪਈ ਸੀ, ਖੁਦ ਅੱਖੀ ਦੇਖਣ ਦੀ ਗੱਲ ਆ। ਇੱਕ ਵਿਆਹ ਦੇ ਵਿੱਚ ਮੈਂ ਵੀ ਸ਼ਾਮਿਲ ਸੀ, ਮੈਂ ਉਦੋਂ 12-15 ਸਾਲ ਦਾ ਹੋਵਾਂਗਾ। ਉੱਥੇ ਬਰਾਤ 11 ਬੰਦਿਆਂ ਦੀ ਆਈ ਐਂਡ ਉੱਥੇ ਕੁਝ ਖਾਰਦੂ ਸਿੰਘਾਂ ਨੇ ਆ ਕੇ ਖੁਦ ਚੈੱਕ ਕੀਤਾ ਵੀ ਕਿੰਨੇ ਬੰਦੇ ਆਏ ਆ, ਤੁਸੀਂ ਦਾਜ ਤਾਂ ਨਹੀਂ ਦੇ ਰਹੇ। ਚਲੋ ਉਹ ਸਿਸਟਮ ਨਹੀਂ ਵਰਕਆਊਟ ਕੀਤਾ, ਪਰ ਸਾਡੇ ਲੋਕਾਂ ਨੂੰ ਅਕਲ ਫਿਰ ਨਹੀਂ ਆਈ। ਹੌਲੀ ਹੌਲੀ ਦਾਜ ਜਦੋਂ ਬੰਦ ਹੋਇਆ, ਥੋੜ੍ਹਾ ਬਾਲਾ ਫਰਕ ਪਿਆ, ਫਿਰ ਉਹਦਾ ਸਮਾਨ ਲੈਂਦੇ ਸੀ ਉਹਨੂੰ ਕੈਸ਼ ਕਨਵਰਟ ਕਰਤਾ, ਕੈਸ਼ ਲੈਣ ਲੱਗ ਪਏ। ਕੈਸ਼ ਕਿੰਨਾ ਦਿਓਗੇ ਤੁਸੀਂ? ਸੋਚਣ ਵਾਲੀ ਗੱਲ ਆ ਵੀ ਜਿਸ ਇਨਸਾਨ ਦੇ 2 ਜਾਂ 3 ਜਾਂ 4 ਕੁੜੀਆਂ ਹੋਣਗੀਆਂ, ਜੇ ਉਹ ਸਾਰਾ ਕੁਝ ਕੁੜੀਆਂ ਨੂੰ ਹੀ ਦੇ ਦੇਗਾ ਦਾਜ ਦੇ ਵਿੱਚ, ਬਸ ਜੇ ਉਹਦੇ 1-2 ਮੁੰਡੇ ਵੀ ਨੇ ਜਾਂ ਉਹਨੇ ਆਪ ਵੀ ਸਾਰੀ ਜ਼ਿੰਦਗੀ ਰੋਟੀ ਖਾਣੀ ਆ, ਉਹ ਕਿੱਥੋਂ ਖਾਵੇਗਾ? ਐਂਡ ਦੂਜੇ ਬੰਨੇ ਜੇ ਆਪਾਂ ਮੁੰਡਿਆਂ ਦੀ ਗੱਲ ਕਰ ਦਈਏ, ਪਰਿਵਾਰ ਦੀ, ਜਿਹੜਾ ਦਾਜ ਮੰਗਦਾ ਆ, ਵੀ ਤੁਸੀਂ ਪਰਮਾਤਮਾ ਵੱਲੋਂ ਦਿੱਤੀ ਹੋਈ ਰੋਜ਼ੀ ਦੇ ਨਾਲ, ਰਿਜਕ ਨਾਲ, ਜੋ ਤੁਹਾਨੂੰ ਜੱਦੀ ਪੁਸ਼ਤੀ ਪਰਿਵਾਰ 'ਚੋਂ ਮਿਲਿਆ, ਤੁਸੀਂ ਉਹਦੇ ਨਾਲ ਨਹੀਂ ਰੱਜੇ, ਕਿਸੇ ਹੋਰ ਤੋਂ ਮੰਗ ਕੇ ਦਾਜ ਲੈ ਕੇ ਤੁਸੀਂ ਕਿੰਨਾ ਕੁ ਰੱਜ ਜਾਓਗੇ? ਜਦੋਂ ਆਪਾਂ ਕਦੀ ਵੀ ਦੇਖਦੇ ਹਾਂ, ਮੈਂ ਕਈ ਵਾਰੀ ਵਿਆਹ 'ਚ ਦੇਖਦਾ ਵੀ ਆਪਾਂ ਮਿਲਣੀਆਂ ਹੁੰਦੀਆਂ, ਜਦੋਂ ਮੁੰਦੀਆਂ ਕਲੇ ਪਾਏ ਜਾਂਦੇ ਆ, ਇੱਦਾਂ ਹੱਥ ਅੱਗੇ ਨੂੰ ਕਰਦੇ ਆ ਨਾ। ਜੇ ਉਸੇ ਸਮੇਂ ਆਪਾਂ ਇੱਕ ਭਖਾਰੀ ਦੀ ਫੋਟੋ ਦੇਖੀਏ ਦਿਮਾਗ 'ਚ, ਭਖਾਰੀ ਵੀ ਤਾਂ ਐਮ ਕਰਕੇ ਮੰਗਦਾ ਆ, ਮਤਲਬ ਵਿਆਹ ਦੇ ਵਿੱਚ ਮੁੰਡੇ ਵਾਲੇ ਐਂ ਮੰਗਦੇ ਆ ਅਤੇ ਭਖਾਰੀ ਇਉਂ ਮੰਗਦਾ ਆ, ਵੀ ਪਰ ਹੈ ਤਾਂ ਮੰਗਤੇ ਹੀ ਹੋਏ ਨਾ ਫਿਰ। ਦੋਨਾਂ ਮੰਗਤਿਆਂ ਦੇ ਵਿੱਚ ਕੋਈ ਬੜਾ ਫਰਕ ਨਹੀਂ ਹੋਇਆ, ਕਿਉਂਕਿ ਭਖਾਰੀ ਮੈਲੇ ਕੱਪੜੇ ਪਾ ਕੇ ਤੁਹਾਡੀ ਕਾਰ ਦਾ ਸ਼ੀਸ਼ਾ ਖੜਕਾ ਕੇ ਇਉਂ ਕਰਕੇ ਮੰਗਦਾ ਆ, ਐਂ ਤੁਸੀਂ ਕੋਟ ਪਿੰਡ ਪਾ ਕੇ ਟਾਈ ਲਾ ਕੇ ਤਾਂ ਇਉਂ ਕਰਕੇ ਮੰਗਦੇ ਆ। ਮੈਨੂੰ ਪਤਾ ਮੇਰੀਆਂ ਇਹਨਾਂ ਗੱਲਾਂ ਦਾ ਬਹੁਤ ਲੋਕਾਂ ਨੂੰ ਦੁੱਖ ਲੱਗਣਾ, ਆਈ ਐਮ ਸੋਰੀ ਐਡਵਾਂਸ ਦੇ ਵਿੱਚ ਹੀ, ਕਿਉਂਕਿ ਮੈਂ ਇਹ ਛੋਟੀ ਨਾ ਕਹਿ ਸਕਦਾ, 100 ਚੋਂ 99 ਲੋਕ ਮੰਗਤੇ ਨੇ ਜਿਨ੍ਹਾਂ ਨੇ ਆਪਣੇ ਮੁੰਡਿਆਂ ਦੇ, ਚਾਚਿਆਂ ਤਾਇਆਂ ਦੇ, ਗਾਹਾਂ ਮੁੰਡਿਆਂ ਦੇ, ਗਾਹਾਂ ਕਿਸੇ ਵੀ ਖਾਨਦਾਨ ਦੇ ਵਿੱਚ ਮੁੰਡਿਆਂ ਦੇ ਵਿਆਹਾਂ 'ਚ ਇਉਂ ਕਰਕੇ ਮੰਗ ਕੇ ਮੁੰਦੀ ਪਵਾਈ ਹੋਈ ਆ। ਤੇ ਫਿਰ ਅੱਜ ਦਾ ਦੌਰ ਕੀ ਆ, ਗੱਡੀ ਮੰਗਣਗੇ ਸਾਨੂੰ ਜੀ, ਬਲੈਰੋ ਲੈ ਦਿਓ ਸਾਨੂੰ ਜੀ, ਜਿਹੜੀਆਂ ਵੀ ਹੁਣ ਇੰਡੀਆ 'ਚ ਗੱਡੀਆਂ ਆਉਂਦੀਆਂ, ਕਈ ਨਾਮ ਮੈਨੂੰ ਹੁਣ ਯਾਦ ਨਹੀਂ ਹੈਗੇ, ਅਤੇ ਉਹ ਲੈ ਦਿਓ ਟਾਟਾ ਸਿਮੋ ਕੀ ਜੋ ਵੀ ਆਉਂਦੀਆਂ ਉੱਥੇ ਲੈ ਦਿਓ। ਕੁੜੀ ਵਾਲਿਆਂ ਤੋਂ ਦਾਜ ਲੈ ਕੇ, ਗੱਡੀ ਲੈ ਕੇ, ਉਸੇ ਵਿਆਹ ਦੇ ਵਿੱਚ ਡੀਜੇ ਲਾ ਕੇ ਨੱਚਣ ਡੇ ਹੁੰਦੇ ਆ, ਸਾਨੂੰ ਰੱਬ ਨੇ ਬਣਾਇਆ ਮਹਾਰਾਜੇ। ਓਏ ਤੁਸੀਂ ਸਾਰੇ ਕਾਹਦੇ ਮਹਾਰਾਜੇ ਹੋ? ਤੁਹਾਡੇ ਨਾਲ ਤਾਂ ਭਖਾਰੀ ਚੰਗਾ ਮੰਗ ਕੇ ਖਾਂਦਾ। ਤੁਸੀਂ ਕਿਸੇ ਪਿਓ ਨੂੰ ਕੁੜੀ ਦੇ ਨੂੰ ਉਹਦੇ ਗਲ ਤੇ ਛੁਰੀ ਰੱਖ ਕੇ ਕੱਟ ਕੇ ਦਾਜ ਲੈ ਕੇ ਮਹਾਰਾਜੇ ਬਣਦੇ ਹੋ? ਇਹੋ ਜਿਹੇ ਲਾਹਣਤੀ ਲੋਕਾਂ ਨੂੰ ਲਾਹਣਤੀ ਵੀ ਨਹੀਂ ਪੈਂਦੀ, ਸ਼ਰਮ ਨਹੀਂ ਆਉਂਦੀ? ਬਾਅਦ 'ਚ ਉਸੇ ਪਿਓ ਨੂੰ ਜੱਫੀਆਂ ਪਾਉਣ ਡੇ ਹੁੰਦੇ ਜੀ, ਇਹ ਤਾਂ ਸਾਡਾ ਕੁੜਮ ਆ। ਪਹਿਲਾਂ ਅਗਲੇ ਦੇ ਗਲ 'ਚ ਅੰਗੂਠਾ ਦੇ ਕੇ ਦਾਜ ਦੇ ਨਾਲ ਆਪਣਾ ਘਰ ਭਰਦੇ ਆ। ਇੰਡੀਆ ਦੇ ਵਿੱਚ ਜੇ ਆਪਾਂ ਦੇਖੀਏ ਜੱਟਾਂ ਦੇ ਖਾਸ ਕਰਕੇ, ਕਿੰਨੇ ਇਸ ਵੇਲੇ ਆਮ ਜਿਹੜੇ ਕਿਸਾਨ ਨੇ ਪਰਿਵਾਰਾਂ 'ਚ, ਲੋਕ ਫਾਹਾ ਲੈ ਕੇ ਮਰਦੇ ਨੇ। ਹੁਣ ਜਦੋਂ 65-70 ਲੱਖ ਦਾ ਪੈਲਸ ਕਰਕੇ, ਵਿਆਹ ਕਰਕੇ, ਕਰਜ਼ਾ ਚੱਕ ਕੇ, ਮੁੜ ਕੇ ਬੈਂਕਾਂ ਦੇ ਕਰਜ਼ੇ ਨਹੀਂ ਮੁੜਦੇ ਤਾਂ ਫਿਰ ਅਗਲਾ ਫਾਹਾ ਹੀ ਲਏਗਾ। ਉਹ ਨੌ ਜਿਹੜੀ ਤੁਹਾਡੇ ਘਰ ਆਈ ਆ, ਤੁਹਾਨੂੰ ਕਿੰਨਾ ਕੁ ਖੰਡ ਪ੍ਰੀ ਹੋਊਗੀ? ਜਿਹੜਾ ਪਿਓ ਤੁਸੀਂ ਇੱਕ
ਖੂਹ 'ਚ ਧੱਕਿਆ, ਮੌਤ ਦੇ ਮੂੰਹ 'ਚ ਧੱਕਿਆ। ਫਿਰ ਕਹਿੰਦੇ ਨੌਹਾਂ ਸਾਡੀਆਂ ਧੀਆਂ ਨਹੀਂ ਬਣਦੀਆਂ। ਸੋ ਮੈਂ ਓਪਨਲੀ ਕਹਿੰਦਾ ਹਾਂ ਵੀ ਜਿਹੜੀ ਇਹ ਮੰਗ ਕੇ ਖਾਣ ਵਾਲੀ ਰਸਮ ਆ ਨਾ, ਇਹਨੂੰ ਬੰਦ ਕਰ ਦੇਣਾ ਚਾਹੀਦਾ ਹੈ। ਐਂਡ ਸਾਨੂੰ ਲੋਕਾਂ ਨੂੰ ਇਸ ਗੱਲ ਦਾ ਵਿਰੋਧ ਕਰਨਾ ਜਿਹੜਾ, ਨਾ ਦਾਜ ਲਿਆ ਜਾਵੇ ਅਤੇ ਨਾ ਦਾਜ ਦਿੱਤਾ ਜਾਵੇ। ਹੁਣ ਇੰਡੀਆ ਦੇ ਵਿੱਚ ਮੈਂ ਰੀਸੈਂਟਲੀ 3-4 ਵਿਆਹ ਅਟੈਂਡ ਕੀਤੇ ਆ, ਉੱਥੇ ਵੱਡੇ ਵੱਡੇ ਪੈਲਸ ਬਣ ਗਏ ਆ। ਮੇਰੇ ਖਿਆਲ 'ਚ 4-5 ਹਜ਼ਾਰ ਰੁਪਏ ਤੋਂ ਘੱਟ ਪਲੇਟ ਪੈਲਸ ਦੀ ਨਹੀਂ ਹੁੰਦੀ। ਉਹਦੀ ਡੈਕੋਰੇਸ਼ਨ ਵੀ ਜਿਹੜੀ ਹੁੰਦੀ ਆ ਉਹਦੇ ਅਲੱਗ ਪੈਸੇ, ਪੈਲਸ ਦੇ ਅਲੱਗ ਪੈਸੇ, ਉਹ ਜਿਹੜੇ ਨੱਚਣ ਗਾਉਣ ਵਾਲੇ ਆਉਂਦੇ ਉਹਨਾਂ ਦੇ ਅਲੱਗ ਪੈਸੇ, ਉਹਦਾ ਭਾਰ ਕਿਹਦੇ ਸਿਰ 'ਤੇ ਪੈਂਦਾ? ਕੁੜੀ ਦੇ ਪਿਓ ਦੇ ਉੱਤੇ। ਹੁਣ ਕਈ ਤਾਂ ਲੋਕ ਹੈ ਜਿਹਨਾਂ ਦੀਆਂ ਧੀਆਂ ਇੱਕੋ ਇੱਕ ਆ, ਜਾਂ ਜਿਹਨਾਂ ਦੇ ਅੰਨਾ ਪੈਸਾ ਆ, ਉਹ ਤਾਂ ਸਾਰ ਲੈਂਦੇ ਆ ਕਿਉਂਕਿ ਉਹਨਾਂ ਨੂੰ ਪੁੱਗਦਾ ਆ, ਪਰ ਉਹਨਾਂ ਵੱਲ ਦੇਖ ਦੇਖ ਕੇ ਦੂਜਿਆਂ ਨੂੰ ਫਾਹਾ ਲੈਣਾ ਪੈਂਦਾ ਆ। ਕਿਉਂਕਿ ਜਦੋਂ ਇੱਥੋਂ NRI ਜਾਂਦੇ ਆ ਮੁੰਡਾ ਵਿਆਹੁਣ, ਕਹਿਣਗੇ ਜੀ ਦਾਜ ਤਾਂ ਲੈਣਾ ਨਹੀਂ, ਕਿਉਂਕਿ ਪਤਾ ਵੀ ਦਾਜ ਅਮਰੀਕਾ ਨਾਲ ਜਾਣਾ ਨਹੀਂ, ਉਹ ਕੋਠੀਆਂ 'ਚ ਪਿਆ ਲੋੜਨਾ ਆ, ਪਰ ਬੰਦਾ ਸਾਡਾ 1000 ਆਊਗਾ ਜੀ। ਹੁਣ ਜੇ 1000 ਬੰਦੇ ਦੀ 3000 ਦੇ ਨਾਲ ਪਲੇਟ ਹੋਵੇ, ਸਿੱਧਾ 30 ਲੱਖ ਰੁਪਈਆ ਰੋਟੀ 'ਤੇ ਲੱਗ ਗਿਆ ਪੈਲਸ 'ਤੇ, ਦੇ ਦਿਓ ਗੱਲ 'ਚ ਅੰਗੂਠਾ। ਲੱਖ ਦੀ ਲਾਣ ਪਿਆ ਉਹਨਾਂ NRI 'ਤੇ ਜਿਹੜੇ ਜਾ ਕੇ ਕੁੜੀਆਂ ਵਾਲਿਆਂ ਨੂੰ ਕਹਿੰਦੇ ਜੀ ਸਾਡਾ ਤਾਂ 1000 ਬੰਦਾ ਆਊਗਾ। ਭਾਈ ਜੇ ਇੰਨਾ ਹੀ ਸ਼ੌਂਕ ਆ ਬੰਦੇ ਇਕੱਠੇ ਕਰਕੇ ਬੱਲੇ ਬੱਲੇ ਕਰਾਉਣ ਦਾ, ਆਪਣੀ ਜੇਬੀ ਵਰਤ ਲਓ, ਉਹ ਨਹੀਂ ਕਰਨਾ। ਅਖੇ ਜੀ ਅਸੀਂ ਤੁਹਾਡੀ ਕੁੜੀ ਅਮਰੀਕਾ ਲੈ ਕੇ ਚੱਲੀ। ਕਈ ਕੁੜੀਆਂ ਵਾਲੇ ਵੀ ਹੈਗੇ ਆ, ਧੱਕੇ ਨਾ ਦਾਜ ਦੇਣ ਦੀ ਕੋਸ਼ਿਸ਼ ਕਰਦੇ ਆ, ਦੋਨੋਂ ਪਾਸੇ ਚੱਲਦਾ ਪਿਆ ਆ। ਉਹਨਾਂ ਨੂੰ ਇਹ ਲੱਗਦਾ ਵੀ ਜੇ ਅਸੀਂ ਤਾਂ ਘਰ ਭਰ ਦਾਂਗੇ ਸ਼ਾਇਦ ਸਾਡੀ ਕੁੜੀ ਸੌਖੀ ਬਸ ਜਾਏਗੀ। ਕੁੜੀ ਨੇ ਸੌਖੀ ਆਪਣੇ ਕੰਮਾਂ ਨਾਲ ਬਸਣਾ ਆ। ਉਹਦੇ ਲੱਛਣ ਕਿਹੋ ਜਿਹੇ ਆ, ਉਹਨੂੰ ਘਰੇ ਸੰਸਕਾਰ ਕਿਹੋ ਜਿਹੇ ਦਿੱਤੇ ਗਏ ਆ, ਨਾ ਕਿ ਤੁਹਾਡੇ ਦਾਜ ਨਾਲ ਭਰੇ ਹੋਏ ਘਰ ਨਾ ਕੁੜੀਆਂ ਬਸਣਾ। ਇਹ ਤਾਂ ਗੱਲ ਹੋ ਗਈ ਇੰਡੀਆ ਦੀ। ਸੋ ਇਸ ਗੱਲ ਨੂੰ ਰੈਪ ਅਪ ਕਰਨ ਤੋਂ ਪਹਿਲਾਂ ਮੈਂ NRI ਵੀਰਾਂ ਨੂੰ ਬੇਨਤੀ ਕਰਾਂਗਾ ਵੀ ਜਦੋਂ ਵੀ ਤੁਸੀਂ ਇੰਡੀਆ ਜਾਂਦੇ ਹੋ, ਆਪਣੇ ਬੱਚੇ ਦੀ ਸ਼ਾਦੀ ਕਰਦੇ ਹੋ, ਵਿਆਹ ਕਰਦੇ ਹੋ, ਜੇਕਰ ਤੁਹਾਨੂੰ ਸ਼ੌਂਕ ਆ ਬੱਲੇ ਬੱਲੇ ਕਰਾਉਣ ਦਾ, ਆਪਣੀ ਜੇਬੀ ਦੇ ਵਿੱਚੋਂ ਕਰੋ। ਕੁੜੀ ਵਾਲੇ ਚਾਹੇ ਲੱਖ ਅਮੀਰ ਹੋਣ, ਪਰ ਮੰਗ 'ਤੇ ਨਾ ਬਣੋ, ਆਪਣੀ ਜੇਬੀ 'ਚੋਂ ਖਰਚਾ ਕਰੋ। ਕੁੜੀ ਵਾਲਿਆਂ ਨੂੰ ਕਹੋ ਵੀ ਭਾਈ ਤੁਸੀਂ ਜੋ ਤਿਲ ਫੁੱਲ ਦੇਣਾ, ਲੰਗਰ ਛਕਾਉਣਾ, ਗੁਰਦੁਆਰਾ ਸਾਹਿਬ ਕਰ ਦਿਓ, ਪੈਲਸ 'ਚ ਪਾਰਟੀ ਕਰਨੀ ਆਪਣੇ ਦਮ 'ਤੇ ਕਰ ਲਓ। ਗੁਰਦੁਆਰੇ ਤਾਂ ਜਾਂਦੇ ਹੀ 4 ਜੀ ਆ, 4 ਵਜੇ ਤੱਕ ਲਾਵਾਂ ਕਰਕੇ ਮੁੜ ਕੇ ਉੱਥੇ ਸਾਰਾ ਜਿਹੜਾ ਸੱਦਿਆ ਹੁੰਦਾ ਮੇਲ ਗੇਲ ਪੈਲਸ ਦੇ ਵਿੱਚ ਉੱਥੇ ਲੱਗੇ ਹੁੰਦੇ, ਤਾਂ ਖਰਚਾ ਸਾਰਾ ਕੁੜੀ ਵਾਲੇ ਚੱਲਦੇ ਆ। ਉਸ ਚੀਜ਼ ਨੂੰ ਬੰਦ ਕੀਤਾ ਜਾਵੇ। ਉਹਦੇ ਨਾਲ ਜਿਹੜਾ ਕਿਸਾਨੀ ਕਰਜ਼ਾ ਚੜ ਰਿਹਾ, ਉਦਾਂ ਤਾਂ ਅਸੀਂ ਕਿਸਾਨਾਂ ਲਈ ਝੰਡੇ ਚੱਕ ਚੱਕ ਕੇ ਨਾਅਰੇ ਮਾਰਦੇ ਹਾਂ, ਰੈਲੀਆਂ ਕੱਢਦੇ ਹਾਂ, ਪਤਾ ਨਹੀਂ ਕੀ ਕੁਝ ਕਰਦੇ ਹਾਂ, ਪਰ ਕਦੀ ਆਪ ਸੋਚਿਆ ਵੀ ਇਹ ਵੀ ਇੱਕ ਕਾਰਨ ਆ ਕਿਸਾਨ ਦਾ ਕਰਜ਼ੇ ਥੱਲੇ ਆਉਣ ਦਾ? ਮੈਂ ਬਹੁਤ ਸਾਰੇ ਪਰਿਵਾਰਾਂ ਨੂੰ ਜਾਣਦਾ ਜਿਨ੍ਹਾਂ ਦੀਆਂ ਕੁੜੀਆਂ 35-35, 40-40 ਸਾਲ ਦੀਆਂ ਹੋ ਗਈਆਂ, ਉਹ ਵਿਆਹ ਨਹੀਂ ਕਰਵਾ ਰਹੀਆਂ ਕਿਉਂਕਿ ਉਹਨਾਂ ਦੇ ਮਾਂ ਬਾਪ ਦੇ ਵਿੱਚ ਹਿੰਮਤ ਨਹੀਂ 30-40 ਲੱਖ ਰੁਪਇਆ ਪੈਸਾ ਦਾ ਲਾਉਣ ਦੀ। ਮੁੰਡੇ ਵਾਲੇ ਤਾਂ ਮੂੰਹ ਅੜਦੇ ਆ, ਸੋਹਣੀਆਂ ਸੁਨੱਖੀਆਂ ਪੜੀਆਂ ਕੁੜੀਆਂ, ਪਰ ਇਸ ਦੁੱਖ ਤੋਂ ਕੁੜੀਆਂ ਘਰਾਂ 'ਚ ਬੈਠੀਆਂ ਨੇ। ਕਦੀ ਪੰਜਾਬ ਦੇ ਵਿੱਚ ਝਾਤੀ ਮਾਰ ਕੇ ਦੇਖ ਲਿਓ। ਹੁਣ ਆਪਾਂ ਦੂਸਰੀ ਗੱਲ ਕਰਨੀ ਆ,
ਅਮਰੀਕਾ ਦੀ ਜਾਂ ਕੈਨੇਡਾ ਦੀ ਜਾਂ ਜਿੱਥੇ ਵੀ ਬਾਹਰਲੇ ਦੇਸ਼ ਦੀ, ਅਸੀਂ ਗੁਰੂ ਘਰ ਦੇ ਵਿੱਚ ਵਿਆਹ ਕਰਦੇ ਹਾਂ, ਉੱਥੇ ਕੇਟਰਿੰਗ ਕਰਾਉਂਦੇ ਹਾਂ। ਕੇਟਰਿੰਗ ਵਾਲਾ ਮੈਂ ਮਾਫੀ ਚਾਹਾਂਗਾ ਵੀ ਜਿਹੜੇ ਮੇਰੇ ਵੀਰ ਰੈਸਟੋਰੈਂਟ ਬਿਜ਼ਨਸ 'ਚ ਹੈਗੇ ਆ, ਮੈਂ ਉਹਨਾਂ ਦਾ ਵਿਰੋਧੀ ਨਹੀਂ ਹਾਂ, ਪਰ ਲੇਕਿਨ ਸਾਨੂੰ ਸਾਰਿਆਂ ਨੂੰ ਹੀ ਇਸ ਸਾਦੇ ਵਿਆਹ ਦਾ ਸੱਦਾ ਦੇਣਾ ਚਾਹੀਦਾ ਆ। ਕੇਟਰਿੰਗਾਂ ਵਾਲੇ, ਹੋਰ ਬਰਥਡੇ ਪਾਰਟੀਆਂ, ਹੋਰ ਹਾਲਾਂ ਵਾਲੀਆਂ ਪਾਰਟੀਆਂ ਬਥੇਰੀਆਂ ਨੇ ਜਿੱਥੋਂ ਪੈਸਾ ਕਮਾ ਸਕਦੇ ਨੇ। ਸੋ ਜਿਹੜੀ ਮੈਂ ਗੱਲ ਕਰਨ ਲੱਗਿਆ, ਉਹਨਾਂ ਤੋਂ ਪਹਿਲਾਂ ਹੀ ਮਾਫੀ ਮੰਗ ਲੈਂਦਾ ਆ। ਗੁਰੂ ਘਰ ਦੇ ਵਿੱਚ $35 ਤੋਂ ਲੈ ਕੇ $50 ਤੱਕ ਜਾਂ ਜ਼ਿਆਦਾ ਪਰ ਬੰਦਾ ਪਲੇਟ ਦੇ ਪੈਸੇ ਚਾਰਜ ਕੀਤੇ ਜਾਂਦੇ ਨੇ। ਉੱਥੇ ਬੰਦਾ 500 ਆ ਜਾਵੇ, ਉੱਥੇ ਬੰਦਾ 1000 ਆ ਜਾਵੇ, ਉਹ ਸਾਰਾ ਖਰਚਾ ਕੁੜੀ ਵਾਲਿਆਂ 'ਤੇ ਪੈਂਦਾ ਆ। ਕਈ ਥਾਵਾਂ 'ਤੇ ਜਿਹੜੀ ਪਾਰਟੀ ਹੁੰਦੀ ਹੈ ਮੁੰਡੇ ਵਾਲਿਆਂ ਦੀ, ਉਹਦੇ ਵਿੱਚ ਵੀ ਅੱਧੇ ਪੈਸੇ ਕੁੜੀ ਵਾਲੇ ਦਿੰਦੇ ਨੇ। ਮੈਨੂੰ ਪਤਾ ਅਮਰੀਕਾ, ਕੈਨੇਡਾ, ਬਾਹਰਲੇ ਦੇਸ਼ਾਂ 'ਚ ਲੋਕਾਂ ਕੋਲ ਪੈਸਾ ਬਹੁਤ ਆ, ਕੋਈ ਸ਼ੱਕ ਨਹੀਂ। ਪਰ ਤੁਸੀਂ ਕਦੀ ਸੋਚਿਆ ਵੀ ਜਿਹਨਾਂ ਲੋਕਾਂ ਨੂੰ ਤੁਸੀਂ ਸੱਦ ਕੇ ਤੁਹਾਡੀ ਪਾਰਟੀ 'ਚ ਖਵਾਉਂਦੇ ਆ, ਅੱਧੇ ਉਹ ਬੰਦ ਤੁਹਾਡੇ ਖਿਲਾਫ ਵੀ ਤੁਹਾਡਾ ਖਾ ਕੇ ਉੱਥੇ ਬੈਠੇ ਗੱਲਾਂ ਕਰਦੇ ਹੁੰਦੇ? ਪਹਿਲੇ ਨੰਬਰ 'ਤੇ ਤਾਂ ਅਸੀਂ ਗੁਰੂ ਘਰ ਦੀ ਮਰਿਆਦਾ ਤੋੜਦੇ ਹਾਂ। ਸਾਡੇ ਗੁਰੂ ਨੇ, ਜੇ ਬਾਬੇ ਨਾਨਕ ਨੇ 20 ਰੁਪਏ ਦਾ ਲੰਗਰ ਚਲਾਇਆ ਸੀ ਨਾ, ਉਹਨੇ ਆ ਛੋਲੇ ਭਟੂਰੇ ਜਾਂ ਹੋਰ ਨਾਨ ਜਾਂ ਪਨੀਰ ਜਾਂ ਦਾਲ ਮੱਖਣੀ ਨਹੀਂ ਚਲਾਈ ਸੀ, ਉਹਨੇ ਸਾਦਾ ਲੰਗਰ ਚਲਾਇਆ ਸੀ। ਅਸੀਂ ਐਗਜ਼ੈਂਪਲ ਤਾਂ 20 ਰੁਪਏ ਵਾਲਾ ਦਿੰਦੇ ਹਾਂ, ਲੇਕਿਨ ਕੇਟਰਿੰਗ ਅਸੀਂ $50 ਵਾਲੀ ਕਰਾਉਂਦੇ ਹਾਂ। ਵੀਰੋ, ਸਾਰਿਆਂ ਨੂੰ ਬੇਨਤੀ ਆ ਵੀ ਗੁਰੂ ਘਰਾਂ ਦੇ ਵਿੱਚ ਸਾਦਾ ਲੰਗਰ ਦੀ ਪ੍ਰਥਾ ਚਲਾਓ। ਜੇਕਰ ਕਿਸੇ ਨੇ ਵਿਆਹ ਦੀ ਖੁਸ਼ੀ ਕਰਨੀ ਆ, ਪਾਰਟੀ ਕਰਨੀ ਆ, ਤੁਸੀਂ ਜਾਗੋ ਕਰਦੇ ਆ, ਹੋਰ ਰਿਸੈਪਸ਼ਨ ਕਰਦੇ ਆ, ਪਾਰਟੀ ਕਰਦੇ ਆ, ਉੱਥੇ ਜੋ ਮਰਜ਼ੀ ਕਰੋ, ਕੋਈ ਪ੍ਰੋਬਲਮ ਨਹੀਂ, ਕਿਉਂਕਿ ਤੁਹਾਡਾ ਪੈਸਾ ਤੁਸੀਂ ਦੇਣਾ ਆ। ਮੈਂ ਤਾਂ ਵੈਸੇ ਉਹਦੇ ਵੀ ਹੱਕ 'ਚ ਨਹੀਂ ਆ, ਪਰ ਜੇ ਕਿਸੇ ਕੋਲ ਅੰਨਾ ਪੈਸਾ ਆਇਆ ਹੋਇਆ ਤਾਂ ਵਰਤ ਲਓ। ਪਰ ਗੁਰੂ ਘਰਾਂ ਦੇ ਵਿੱਚ ਜਾ ਕੇ ਡੈਕੋਰੇਸ਼ਨਾਂ ਕਰਕੇ, ਗੁਰੂ ਘਰ ਦੇ ਲੰਗਰ ਹਾਲ ਨੂੰ ਮੈਰਿਜ ਪੈਲਸ ਬਣਾ ਕੇ ਵਿਆਹ ਕਰਨੇ ਬੰਦ ਕਰੋ। ਈਵਨ ਕਈ ਗੁਰੂ ਘਰਾਂ ਦੇ ਵਿੱਚ ਅਖੇ ਜੀ ਲੰਗਰ ਹਾਲ ਨਹੀਂ ਵਰਤਣ ਦਿੰਦੇ, ਬਾਹਰ ਅਸੀਂ ਤੰਬੂ ਲਾਇਆ ਹੋਇਆ ਆ। ਪ੍ਰਮਿਸਿਸ ਤਾਂ ਗੁਰੂ ਘਰ ਦੀ ਹੋਈ ਹੈ ਨਾ, ਹੈ ਤਾਂ ਗੁਰਦੁਆਰਾ ਸਾਹਿਬ ਦਾ ਨਾਮ ਹੀ ਉੱਥੇ, ਨਿਸ਼ਾਨ ਸਾਹਿਬ ਝੂਲਦਾ ਉੱਥੇ ਕਿ ਨਹੀਂ? ਕਮੇਟੀਆਂ ਨੂੰ ਮਤੇ ਪਾਉਣੇ ਚਾਹੀਦੇ ਆ ਵੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਵਿਆਹ ਹੋਏਗਾ ਤੇ ਸਿੰਪਲ ਸਿੰਪਲ ਤੇ ਸਾਦਾ ਲੰਗਰ ਵਰਤੇਗਾ। ਈਵਨ ਮੈਂ ਤਾਂ ਇਹ ਕਹੂੰਗਾ ਵੀ ਵਿਆਹ ਦੇ ਸਮੇਂ ਗੁਰੂ ਘਰ ਵੱਲੋਂ ਲੰਗਰ ਪ੍ਰੋਵਾਈਡ ਹੋਣਾ ਚਾਹੀਦਾ, ਪਰ ਗੁਰੂ ਘਰ ਉਸ ਪਰਿਵਾਰ ਨੂੰ ਚਾਰਜ ਕਰੇ ਲੰਗਰ ਦਾ, ਚਾਹੇ $5 ਜਾਂ $7 ਪਰ ਬੰਦਾ, ਜਾਂ ਈਵਨ $10 ਤੱਕ ਸਿੰਪਲ ਲੰਗਰ ਦੀ ਪਲੇਟ ਜਿਹੜੀ ਆ ਉਹ ਗੁਰੂ ਘਰ ਵੱਲੋਂ ਪ੍ਰੋਵਾਈਡ ਕੀਤੀ ਜਾਣੀ ਚਾਹੀਦੀ ਹੈ। ਪਰ ਉੱਥੇ ਕੇਟਰ ਨਹੀਂ ਹੋਣਾ ਚਾਹੀਦਾ, ਗੁਰੂ ਘਰ ਦੇ ਆਪਣੇ ਜਿਹੜੇ ਰਸੋਈਏ ਨੇ ਜਾਂ ਗੁਰੂ ਘਰ ਜਿਹੜੇ ਵੀ ਸੰਗਤ ਲੰਗਰ ਬਣਾਉਂਦੀ ਆ ਉਹ ਲੰਗਰ ਬਣਾਵੇ, ਪੈਸੇ ਗੁਰੂ ਘਰ ਨੂੰ ਜਾਣ, ਜਿਹੜਾ ਰਾਸ਼ਨ ਪਾਣੀ ਆ ਉਹ ਗੁਰੂ ਘਰ ਆਪ ਖਰੀਦੇ। ਉਹਦੇ ਨਾਲ ਇੱਕ ਤਾਂ ਗੁਰੂ ਘਰ ਦੇ ਵਿੱਚ ਇਨਕਮ ਵਧੇਗੀ, ਦੂਜਾ ਕਿਸੇ ਵੀ ਆਮ ਇਨਸਾਨ ਦੇ ਉੱਪਰ ਇੰਨੀਆਂ ਮਹਿੰਗੀਆਂ ਕੈਟਰਿੰਗਾਂ ਦਾ, ਮਹਿੰਗੀਆਂ ਡੈਕੋਰੇਸ਼ਨਾਂ ਦਾ ਭਾਰ ਨਹੀਂ ਪਵੇਗਾ। ਇਹਨਾਂ ਗੱਲਾਂ ਵੱਲ ਸਾਨੂੰ ਇੱਕ ਬੰਦੇ ਨੂੰ ਨਹੀਂ, ਸਾਰਿਆਂ ਨੂੰ ਧਿਆਨ ਦੇਣ ਦੀ ਲੋੜ ਆ। ਮੈਨੂੰ ਪਤਾ ਕਈ ਕਮੇਟੀਆਂ ਇਸ ਗੱਲ ਦਾ ਵਿਰੋਧ ਕਰਨਗੀਆਂ, ਉਹ ਕਈ ਕਮੇਟੀਆਂ ਵਾਲਿਆਂ ਦੇ ਨਾਲ, ਗੁਰਦੁਆਰਿਆਂ ਵਾਲਿਆਂ ਦੇ ਨਾਲ, ਰੈਸਟੋਰੈਂਟਾਂ ਵਾਲਿਆਂ ਦੀ ਸਾਂਝ ਹੁੰਦੀ ਆ।
ਕਈ ਰੈਸਟੋਰੈਂਟਾਂ ਵਾਲੇ ਖੁਦ ਕਮੇਟੀ ਮੈਂਬਰ ਨੇ। ਪਰ ਭਾਈ ਆਪਣਾ ਪਰਸਨਲ ਬਿਜ਼ਨਸ ਨਾ ਦੇਖੋ, ਇਹ ਦੇਖੋ ਵੀ ਸਾਡੀ ਸਿੱਖ ਕੌਮ ਕਿੱਧਰ ਨੂੰ ਜਾ ਰਹੀ ਆ। ਉਹੀ ਪੈਸਾ ਜਿਹੜਾ ਤੁਸੀਂ ਇੰਨਾ ਮਹਿੰਗੇ ਮਹਿੰਗੇ ਖਰਚੇ ਕਰਕੇ ਵਿਆਹ ਕਰਨ 'ਤੇ ਲਾਉਂਦੇ ਆ, ਉਹੀ ਪੈਸਾ ਤੁਸੀਂ ਆਪਣੇ ਨਿਆਣੇ ਜਿਹਨਾਂ ਨਾਲ ਵਿਆਹ ਕਰ ਰਹੇ ਹੋ ਕੁੜੀ ਮੁੰਡੇ ਨੂੰ ਦਿਓ, ਉਹ ਚਾਹੇ ਆਪਣਾ ਘਰ ਲੈਣ, ਆਪਣਾ ਬਿਜ਼ਨਸ ਲੈਣ, ਕਿਸੇ ਪਾਸੇ ਲਾਉਣ। ਇਹ ਨਹੀਂ ਮੈਂ ਕਹਿੰਦਾ ਵੀ ਪੈਸੇ ਨਾ ਖਰਚੋ, ਪਰ ਪੈਸੇ ਨੂੰ ਕਿਸੇ ਅਰਥ ਲਾਓ। ਲੰਗਰ ਦੀ ਜਿਹੜੀ ਪ੍ਰਥਾ ਆ, ਲੰਗਰ ਸਿੰਪਲ ਹੋਣਾ ਚਾਹੀਦਾ। ਹੁਣ ਆਪਾਂ ਨਗਰ ਕੀਰਤਨ 'ਤੇ ਜਾਂਦੇ ਹਾਂ, ਵਿਸਾਖੀ ਮੇਲਿਆਂ 'ਤੇ ਜਾਂਦੇ ਹਾਂ, ਹੋਲੇ ਮਹੱਲੇ ਦੇ ਮੇਲਿਆਂ 'ਤੇ ਜਾਂਦੇ ਹਾਂ, 25-25 30-30 ਤਰ੍ਹਾਂ ਦੇ ਲੰਗਰ ਲੱਗੇ ਹੁੰਦੇ ਆ, ਇੱਕ ਇੱਕ ਤਰ੍ਹਾਂ ਦੇ 4-4 ਸਟਾਲ ਹੁੰਦੇ ਆ। ਯੂਬਾ ਹੱਡੀ ਚਲੇ ਜਾਓ, 5-5 ਸਟਾਲ ਇੱਕ ਇੱਕ ਤਰ੍ਹਾਂ ਦੇ ਲੰਗਰ 'ਤੇ ਹੁੰਦੇ ਆ। ਭਾਈ ਅਸੀਂ ਰੱਜੇ ਨੂੰ ਰਜਾਉਣ ਦੀ ਕੋਸ਼ਿਸ਼ ਕਰਦੇ ਹਾਂ, ਤੁਸੀਂ ਕਿੰਨਾ ਕੁ ਖਾ ਲਓਗੇ, ਕਿੰਨਾ ਫੂਡ ਵੇਸਟ ਹੁੰਦਾ ਆ, ਕਿੰਨੀ ਮਨੀ ਵੇਸਟ ਹੁੰਦੀ ਹੈ ਤੁਹਾਡੀ। ਕੀ ਉਹ ਮਨੀ ਕਿਸੇ ਗਰੀਬ ਨੂੰ ਦੇ ਸਕਦੇ ਆ ਕਿ ਨਹੀਂ? ਸਾਡੇ ਲੋਕਾਂ ਦੀ ਸੋਚ ਆ ਗਰੀਬ ਦਾ ਉਹ ਹੋਇਆ ਜਿਹਦੇ ਪਾਟੇ ਕੱਪੜੇ ਹੋਣ, ਇੱਦਾਂ ਕਰਕੇ ਮੰਗਦਾ ਹੋਵੇ ਸੜਕਾਂ 'ਤੇ, ਇਕੱਲਾ ਉਹੀ ਗਰੀਬ ਨਹੀਂ ਹੁੰਦਾ। ਆਪੋ ਆਪਣੇ ਪਿੰਡ ਦੇ ਵਿੱਚ ਝਾਤੀ ਮਾਰ ਕੇ ਦੇਖਿਓ, ਕੋਈ ਅੱਖਾਂ ਦਾ ਆਪਰੇਸ਼ਨ ਕਰਾਉਣ ਤੋਂ ਬੈਠਾ ਕਿਸੇ ਦੇ ਗੋਡੇ 'ਚ ਨਹੀਂ ਤੁਰਦੇ, ਉਹਨੂੰ ਈਵਨ ਖੂੰਡੀ ਤੱਕ ਨਹੀਂ ਜੁੜਦੀ, ਸਕੂਲ ਦੇ ਵਿੱਚ ਨਿਆਣਿਆਂ ਦੀਆਂ ਫੀਸਾਂ ਨਹੀਂ ਦੇ ਹੋ ਰਹੀਆਂ, ਪਰ ਉਹ ਮੰਗਦੇ ਨਹੀਂ ਆ। ਸਾਨੂੰ ਆਪ ਸਮਝਣਾ ਪੈਣਾ ਵੀ ਸਾਡੇ ਜੇ ਅਸੀਂ ਜਿੰਨੇ ਬਾਹਰ NRI ਆਏ ਹਾਂ ਨਾ, ਜੇ ਅਸੀਂ ਆਪੋ ਆਪਣਾ ਪਿੰਡ ਜਾਂ ਆਪੋ ਆਪਣਾ ਮੁਹੱਲਾ ਹੀ ਅਡੋਪਟ ਕਰ ਲਈਏ, ਤਾਂ ਇਹ ਸਾਰਾ ਕੁਝ ਖਤਮ ਹੋ ਸਕਦਾ। ਫਾਹੇ ਲੱਗ ਕੇ ਮਰਨੋਂ ਲੋਕ ਹਟ ਸਕਦੇ ਨੇ, ਬਹੁਤ ਸਾਰੇ ਸੁਸਾਈਡ ਕਰ ਸਕਦੇ ਨੇ। ਜਿਹੜਾ ਇੱਥੇ ਅਸੀਂ ਪੈਸਾ ਬਰਬਾਦ ਕਰਦੇ ਹਾਂ, ਉਹ ਪਿੱਛੇ ਪੰਜਾਬ ਦੇ ਵਿੱਚ ਲਾਇਆ ਜਾ ਸਕਦਾ। ਹੁਣ ਕਈ ਲੋਕ NGO ਨੂੰ ਤਾਂ ਅੰਨਾ ਪੈਸਾ ਦੇਣ ਨੂੰ ਤਿਆਰ ਹੋ ਜਾਂਦੇ ਨੇ, 50,000 ਦਿੱਤਾ, 1,00,000 ਦਿੱਤਾ, ਪਰ ਕਦੀ ਮੈਂ NGO ਦਾ ਵੀ ਵਿਰੋਧੀ ਨਹੀਂ ਹਾਂ, ਉਹਨਾਂ ਦਾ ਆਪਣਾ ਕੰਮ ਕਰਨ ਦਾ ਤਰੀਕਾ ਹੈ, ਉਹ ਕਰਦੇ ਨੇ। ਪਰ ਕਦੀ ਸੋਚਿਆ ਵੀ ਜੇ ਤੁਸੀਂ 50,000 ਰੁਪਈਆ ਜਾਂ ਡਾਲਰ ਦਿੱਤਾ NGO ਨੂੰ, ਐਕਚੁਅਲ ਉਹ ਉਸ ਜਗ੍ਹਾ 'ਤੇ ਕਿੰਨਾ ਲੱਗਿਆ? NGO ਦੇ ਆਪਣੇ ਖਰਚੇ ਹੁੰਦੇ ਆ, ਉਹਨਾਂ ਦੀਆਂ ਆਪਣੀਆਂ ਤਨਖਾਹਾਂ ਹੁੰਦੀਆਂ, ਉਹ ਸਾਰਾ ਕੱਢ ਕਟਾ ਕੇ ਜੇ ਤੁਸੀਂ 1 ਰੁਪਈਆ ਦਿੰਦੇ ਤਾਂ ਮੇਰੇ ਖਿਆਲ 'ਚ 60 ਪੈਸੇ ਜਾਂ 50 ਪੈਸੇ ਮਸੀ ਉਹ ਜਿੱਥੇ ਪਹੁੰਚਣੇ ਚਾਹੀਦੇ ਪਹੁੰਚਦੇ ਹੋਣਗੇ, ਉਹ ਵੀ ਮਸੀ। ਪਰ ਲੇਕਿਨ ਤੁਸੀਂ ਆਪ ਖੁਦ ਕਿਉਂ ਨਹੀਂ NGO ਬਣਦੇ? ਆਪਣੇ ਪਿੰਡ ਵਾਸਤੇ ਬਣ ਜਾਓ, ਆਪਣੇ ਮੁਹੱਲੇ ਵਾਸਤੇ ਬਣ ਜਾਓ, ਆਪਣੇ ਆਲੇ ਦੁਆਲੇ ਦੇਖੋ। ਇਹ ਨਾ ਦੇਖੋ ਇਹਦੀ ਜਾਤ ਕੀ ਆ ਜਾਂ ਇਹਦੇ ਕੋਲ ਜ਼ਮੀਨ ਆ ਜਾਂ ਨਹੀਂ ਆ, ਉੱਥੇ ਇਹ ਦੇਖੋ ਵੀ ਇਹ ਲੋੜਵੰਦ ਬੰਦਾ ਕਿਹੜਾ ਆ। ਬਹੁਤ ਸਾਰੇ ਲੋਕ ਮੰਗਦੇ ਨਹੀਂ ਕਿਉਂਕਿ ਸਾਨੂੰ ਮੰਗ ਕੇ ਖਾਣਾ ਸਿਖਾਇਆ ਨਹੀਂ ਗਿਆ। ਪਰ ਤੁਹਾਨੂੰ ਆਪ ਦੇਖਣਾ ਪੈਣਾ ਸਿਚੁਏਸ਼ਨ ਨੂੰ, ਮਦਦ ਕਰਨ ਦੇ ਤਰੀਕੇ ਬਹੁਤ ਹੁੰਦੇ ਨੇ, ਉਸ ਤਰੀਕੇ ਨਾਲ ਆਪਣੇ ਪਿੰਡ ਮਹੱਲੇ ਹਿਮਾਲੇ ਗਲੀ ਦੇ ਵਿੱਚ ਮਦਦ ਕਰੋ, ਤਾਂ ਕਿ ਤੁਹਾਡਾ ਜਿਹੜਾ ਪੈਸਾ ਆ ਸਹੀ ਥਾਂ 'ਤੇ ਲੱਗ ਸਕੇ। ਮਹਿੰਗੇ ਲੰਗਰਾਂ 'ਤੇ, ਮਹਿੰਗੀਆਂ ਕੇਟਰਿੰਗਾਂ 'ਤੇ, ਮਹਿੰਗੇ ਵਿਆਹਾਂ 'ਤੇ ਪੈਸਾ ਬਰਬਾਦ ਨਾ ਕਰੋ, ਉਹ ਕਿਸੇ ਅਰਥ ਨਹੀਂ ਆਉਂਦਾ। ਵਿਆਹ ਹੋ ਗਿਆ, ਗੱਲ ਮੁੱਕੀ। ਅੱਗੇ ਸਮਾਂ ਹੁੰਦਾ ਸੀ ਵਿਆਹ ਹੁੰਦੇ ਸੀ, ਪਰਿਵਾਰ ਬੈਠ ਕੇ ਵਿਆਹ ਦੀ ਮੂਵੀ ਦੇਖਦੇ ਹੁੰਦੇ ਸੀ ਇੰਡੀਆ 'ਚ। ਅੱਜ ਕੱਲ੍ਹ ਮੂਵੀਆਂ ਬਣਦੀਆਂ ਨੇ 35-35 40-40 ਹਜ਼ਾਰ ਡਾਲਰ ਦਾ ਬਜਟ ਹੁੰਦਾ ਮੂਵੀ ਵਾਲੇ ਦਾ। ਦਿਲ 'ਤੇ ਹੱਥ ਰੱਖ ਕੇ ਦੱਸਿਓ ਕਿੰਨੇ ਬੰਦੇ ਬਾਅਦ 'ਚ ਮੂਵੀ ਦੇਖਦੇ ਆ? ਸਿਰਫ ਉਹ ਸੀਡੀਆਂ, ਪੈਨ ਡਰਾਈਵਾਂ, ਐਲਬਮਾਂ 'ਚ ਬੰਦ ਰਹਿ ਜਾਂਦੀਆਂ। 100% ਖਿੱਚੋ ਵੀਡੀਓ, ਫੋਟੋਆਂ ਖਿੱਚੋ, ਜ਼ਰੂਰੀ ਆ, ਮੈਮਰੀ ਵੀ ਜ਼ਰੂਰੀ ਆ। ਪਰ ਭਾਈ ਉਸ ਬਜਟ ਨੂੰ ਇੱਥੇ ਤੱਕ ਨਾ ਲੈ ਕੇ ਜਾਓ ਵੀ ਇੱਕ ਮੂਵੀ ਦੇ ਬਜਟ 'ਤੇ ਹੀ 4 ਵਿਆਹ ਹੁੰਦੇ ਹੋਣ।
ਮੈਨੂੰ ਪਤਾ ਮੇਰੀਆਂ ਇਹ ਗੱਲਾਂ ਬਹੁਤ ਸਾਰੇ ਲੋਕਾਂ ਨੂੰ ਬੁਰੀਆਂ ਲੱਗਣੀਆਂ, ਕਈ ਬਿਜ਼ਨਸਮੈਨਾਂ ਨੂੰ ਬੁਰੀਆਂ ਲੱਗਣੀਆਂ, ਭਾਈ ਮੈਂ ਤੁਹਾਡੇ ਖਿਲਾਫ ਨਹੀਂ ਆ, ਪਰ ਸੱਚ ਜਿਹੜਾ ਉਹ ਇਹੀ ਆ ਵੀ ਓਵਰ ਹੈਡ ਜਿਹੜੇ ਨੇ ਵਿਆਹਾਂ ਨੇ ਉਹਨਾਂ ਨੇ ਲੋਕਾਂ ਦਾ ਘਾਣ ਕੀਤਾ ਪਿਆ ਆ, ਬੋਲਦਾ ਕੋਈ ਨਹੀਂ, ਸ਼ਰਮੋ ਸ਼ਰਮੀ ਫਾਹਾ ਲਈ ਜਾਂਦੇ ਇੱਕ ਦੂਜੇ ਵੱਲ ਦੇਖ ਕੇ, ਪਰ ਸੱਚ ਇਹੀ ਆ। ਹਾਂ, ਜਿਹਦੇ ਇਕੱਲਾ ਇਕੱਲਾ ਨਿਆਣਾ ਆ ਜਾਂ ਇਕੱਲੀ ਇਕੱਲੀ ਕੁੜੀ ਆ, ਇਕੱਲਾ ਇਕੱਲਾ ਮੁੰਡਾ ਆ, ਉਹਨਾਂ ਨੇ ਅੰਨਾ ਪੈਸਾ ਕਮਾਇਆ ਆ, ਕਰ ਲਓ ਬਰਬਾਦ, ਕੋਈ ਗੱਲ ਨਹੀਂ, ਪਰ ਕਿਸੇ ਚੱਜ ਦੇ ਪਾਸੇ ਲਾ ਦਿਓ, ਉਹੀ ਤੁਹਾਨੂੰ ਚਾਰ ਅਸੀਸਾਂ ਮਿਲਣਗੀਆਂ, ਆਪਣੇ ਬੱਚੇ ਨੂੰ ਦੇ ਦਿਓ, ਜਿਹੜੇ ਬੱਚੇ ਦਾ ਤੁਸੀਂ ਵਿਆਹ ਕਰ ਰਹੇ ਹੋ ਉਹਨੇ ਜੇ ਕੱਲ ਨੂੰ ਅਲੱਗ ਹੋਣਾ ਆ, ਉਹਨੂੰ ਲੋਨ ਨਾ ਲੈਣਾ ਪਵੇ ਘਰ ਲੈਣ ਵਾਸਤੇ ਜਾਂ ਬਿਜ਼ਨਸ ਖੋਲਣ ਵਾਸਤੇ, ਉਹ ਪੈਸਾ ਉੱਥੇ ਦੇ ਦਿਓ। ਇਹ ਗੱਲਾਂ ਵਿਚਾਰਨ ਵਾਲੀਆਂ ਨੇ, ਸ਼ੁਰੂ ਕਿੱਥੋਂ ਹੋਣੀਆਂ, ਸਾਡੇ ਗੁਰੂ ਘਰਾਂ ਤੋਂ, ਸਾਡੀਆਂ ਗੁਰੂ ਘਰਾਂ ਦੀਆਂ ਕਮੇਟੀਆਂ ਨੂੰ ਇਸ ਮੁੱਦੇ ਤੇ ਇੱਕ ਹੋਣਾ ਪਊਗਾ। ਈਵਨ ਮੈਂ ਤਾਂ ਇਹ ਕਹੂੰਗਾ ਅਕਾਲ ਤਖ਼ਤ ਸਾਹਿਬ ਤੋਂ ਇਹਦੇ ਬਾਰੇ ਹੁਕਮਨਾਮਾ ਜਾਰੀ ਹੋਣਾ ਚਾਹੀਦਾ ਆ ਵੀ ਲੰਗਰ ਦੀ ਮਰਿਆਦਾ ਕੀ ਹੋਣੀ ਚਾਹੀਦੀ ਹੈ ਤੇ ਕਿਵੇਂ ਵਿਆਹ ਹੋਣਾ ਚਾਹੀਦਾ ਹੈ। ਇਹਦੇ ਨਾਲ ਹੀ ਇੱਕ ਗੱਲ ਹੋਰ ਕਰਾਂਗਾ, ਡੈਸਟੀਨੇਸ਼ਨ ਵੈਡਿੰਗ, ਅਸੀਂ ਮਹਾਰਾਜ ਦੇ ਸਰੂਪ ਨੂੰ ਨਦੀਆਂ ਕਿਨਾਰੇ ਲਿਜਾਂਦੇ ਹਾਂ, ਪਾਰਕਾਂ 'ਚ ਲਿਜਾਂਦੇ ਹਾਂ, ਦੂਜੀਆਂ ਸਟੇਟਾਂ ਕੰਟਰੀਆਂ 'ਚ ਲਿਜਾਂਦੇ ਹਾਂ, ਬੇਅਦਬੀ ਅਸੀਂ ਆਪ ਕਰਦੇ ਹਾਂ, ਉਹ ਕਦੀ ਬੇਅਦਬੀ ਦੇਖੀ ਆ? ਜਿਹੜੇ ਨਹਿਰ ਦੇ ਕੰਢੇ ਤੇ ਉੱਥੇ ਤੁਸੀਂ ਛੋਟਾ ਜਿਹਾ ਟੈਂਟ ਲਾ ਕੇ ਮਹਾਰਾਜ ਦਾ ਸਰੂਪ ਰੱਖਦੇ ਹਾਂ ਕਿ ਉੱਥੇ ਆਲੇ ਦੁਆਲੇ ਕਦੀ ਦੇਖਿਆ ਵੀ ਕਿੰਨਾ ਗੰਦ ਹੋਊਗਾ? ਜਾਂ ਜਿਹੜੇ ਰਿਜ਼ੋਰਟ ਦੇ ਵਿੱਚ ਬਾਹਰ ਪਾਰਕ ਵਿੱਚ ਤੁਸੀਂ ਮਹਾਰਾਜ ਦਾ ਸਰੂਪ ਰੱਖਿਆ ਹੁੰਦਾ ਕਿ ਉੱਥੇ ਰਿਜ਼ੋਰਟ 'ਚ ਚਿਕਨ ਨਹੀਂ ਵੜ ਰਿਹਾ ਹੁੰਦਾ, ਕਿ ਉੱਥੇ ਦਾਰੂ ਨਹੀਂ ਚੱਲਦੀ ਹੁੰਦੀ ਅੰਦਰ, ਕਿ ਉੱਥੇ ਸਵਿਮਿੰਗ ਪੂਲ 'ਚ ਲੋਕ ਨਹਾ ਨਹੀਂ ਰਹੇ ਹੁੰਦੇ? ਕਦੀ ਸੋਚਿਆ? ਤੁਸੀਂ ਵਿਆਹ ਕਰਾਉਂਦੇ ਹਾਂ, ਮਹਾਰਾਜ ਦੀ ਆਗਿਆ ਲੈਂਦੇ ਹਾਂ, ਉਹਦੀ ਹਜ਼ੂਰੀ 'ਚ ਉਹਨੂੰ ਹਾਜ਼ਰ ਨਾਲ ਸਮਝ ਕੇ ਆਪਣੀ ਜ਼ਿੰਦਗੀ ਸ਼ੁਰੂ ਕਰਦੇ ਹੋ, ਪਹਿਲਾਂ ਤੁਸੀਂ ਉਹਦੀ ਬੇਅਦਬੀ ਕਰਦੇ ਹੋ। ਇਹ ਤਾਂ ਗੱਲ ਹੋ ਗਈ, ਪਹਿਲਾਂ ਪਿਓ ਦੀ ਪੱਗ ਲਾ ਕੇ ਉਹਦੇ ਬਾਲ ਬੁਲ ਪੱਟ ਕੇ ਖਿਲਾਰ ਰਹੇ, ਅਤੇ ਬਾਅਦ 'ਚ ਕਹਿੰਦਾ ਮੇਰਾ ਬਾਪੂ ਆ, ਲੱਖ ਦੀ ਲਾਹਨਤ ਆ ਤੁਹਾਡੇ 'ਤੇ, ਅੰਨਾ ਪੈਸਾ ਆ ਗਿਆ, ਉਹ ਪੈਸੇ ਨੂੰ ਸੰਭਾਲੋ। ਆਹ ਪਿਛਲੇ ਡੇਢ ਦੋ ਮਹੀਨਿਆਂ ਤੋਂ ਜਦੋਂ ਦਾ ਵਿਸਾਖੀ ਟਿਕਟੋਕ 'ਤੇ ਬਹੁਤ ਵੀਡੀਓ ਆਉਂਦੀਆਂ, ਕਿਰਤ ਕਰੇਗਾ ਮੰਗ ਕੇ ਨਹੀਂ ਖਾਵੇਗਾ, ਇੱਕ ਢਾਡੀ ਗਾ ਰਿਹਾ ਅਤੇ ਉਹਦੇ 'ਤੇ ਬਹੁਤ ਵੀਡੀਓ ਬਣਦੀਆਂ, ਇਕੱਲਾ ਗਾਣਾ ਲਾ ਕੇ ਵੀਡੀਓ ਨਾ ਬਣਾਓ, ਉਸ ਗੱਲ 'ਤੇ ਕਾਇਮ ਹੋਵੋ। ਕਿੰਨੀਆਂ ਟਰੈਕਿੰਗ ਕੰਪਨੀਆਂ ਨੇ, ਗੁੱਸਾ ਨਾ ਕਰੋ ਮੇਰੀ ਗੱਲ ਦਾ, ਜਿਨ੍ਹਾਂ ਨੇ ਡਰਾਈਵਰਾਂ ਦੇ ਪੈਸੇ ਮਾਰ ਕੇ ਜਵਾਬ ਦਿੱਤਾ ਹੋਇਆ, ਕਿੰਨੇ ਲਿਕਰ ਸਟੋਰਾਂ ਵਾਲੇ ਨੇ ਇੰਪਲੋਈ ਦੀਆਂ ਤਨਖਾਹ ਨਹੀਂ ਦਿੱਤੀਆਂ ਹੋਈਆਂ। ਈਵਨ ਮੈਂ ਤਾਂ ਇੱਥੇ ਤੱਕ ਵੀ ਕਹਾਂਗਾ, ਕਿੰਨੇ ਵੱਡੇ ਵੱਡੇ ਧਨਾੜ ਨੇ ਅਖਬਾਰਾਂ ਵਾਲਿਆਂ ਕੋਲ ਇਸ਼ਤਿਹਾਰ ਲਵਾ ਕੇ ਪਿੱਛੇ ਵਾਲੇ ਪੈਸੇ ਨਹੀਂ ਦਿੱਤੇ। ਗੱਲਾਂ ਬਹੁਤ ਨੇ, ਪਰ ਮੈਂ ਉਸ ਪਾਸੇ ਜਾਣਾ ਨਹੀਂ ਚਾਹੁੰਦਾ, ਮੈਂ ਸਿਰਫ ਇੰਨਾ ਕਹਿਣਾ ਚਾਹੁੰਦਾ ਇਸ ਗੰਦਲੇ ਹੋਏ ਸਮਾਜ ਨੂੰ ਸਾਫ਼ ਕਰਨਾ ਬਹੁਤ ਜ਼ਰੂਰੀ ਆ, ਐਂਡ ਉਹ ਸਾਫ਼ ਵੀ ਅਸੀਂ, ਜੇ ਗੰਦ ਵੀ ਅਸੀਂ ਆਪ ਹੀ ਪਾਇਆ ਤਾਂ ਸਾਫ਼ ਵੀ ਸਾਨੂੰ ਆਪ ਹੀ ਕਰਨਾ ਪੈਣਾ। ਸ਼ੁਰੂ ਕਿੱਥੋਂ ਹੋਣਾ, ਸਾਡੇ ਗੁਰੂ ਘਰਾਂ ਤੋਂ। ਕਿਵੇਂ? ਕਮੇਟੀਆਂ ਪਹਿਲਾਂ, ਸਭ ਤੋਂ ਪਹਿਲਾਂ ਕੰਮ, ਆ ਜਿਹੜੇ ਮਹਿੰਗੇ ਮਹਿੰਗੇ ਪਕਵਾਨ ਗੁਰੂ ਘਰਾਂ 'ਚ ਬਣਦੇ ਨੇ, ਚਾਹੇ ਉਹ ਨਗਰ ਕੀਰਤਨ ਹੋਵੇ, ਚਾਹੇ ਕੋਈ ਉਹ ਉੱਦਾਂ ਫੈਸਟੀਵਲ ਹੋਵੇ, ਚਾਹੇ ਕੋਈ ਵਿਆਹ ਹੋਵੇ, ਲੰਗਰ ਦੀ ਮਰਿਆਦਾ ਕਾਇਮ ਕਰੋ ਪਹਿਲਾਂ। ਸਾਦਾ ਵਿਆਹ ਗੁਰੂ ਘਰ 'ਚ ਹੋਵੇ, ਡੈਸਟੀਨੇਸ਼ਨ ਬੈਡਿੰਗਾਂ ਬੰਦ ਹੋਣ। ਹੌਲੀ ਹੌਲੀ ਬਹੁਤ ਸਾਰੇ ਕੰਮ ਨੇ ਜਿਹੜੇ ਆਪਣੇ ਆਪ ਲਾਈਨ ਦੇ ਵਿੱਚ ਆ ਜਾਣਗੇ। ਇੱਕ ਲਾਸਟ ਗੱਲ ਹੋਰ ਬੋਲਾਂਗਾ ਅੱਜ ਦੇ ਲਾਈਵ ਤੋਂ ਖਤਮ ਕਰਨ ਤੋਂ ਪਹਿਲਾਂ,
ਵਿਆਹਾਂ ਵੇਲੇ, ਬਰਥਡੇਆਂ ਵੇਲੇ, ਪਾਰਟੀਆਂ ਵੇਲੇ ਅਸੀਂ ਲਿਫਾਫੇ 'ਚ ਪਾ ਕੇ ਬੰਦ ਕਰਕੇ ਮੂਹਰੇ ਤੋਂ ਮੂਹਰੇ ਹੋ ਕੇ ਸ਼ਗਨ ਦਿੰਦੇ ਹਾਂ, ਫੋਟੋ ਖਿਚਾਉਂਦੇ ਹਾਂ, ਜਦਕਿ ਉਦੋਂ ਸ਼ਗਨ ਦੀ ਜ਼ਰੂਰਤ ਵੀ ਨਹੀਂ ਹੁੰਦੀ ਭਾਈ। ਜਦੋਂ ਕਿਸੇ ਦੇ ਘਰ ਡੈਥ ਹੁੰਦੀ ਆ, ਅਣਹੋਣੀ ਹੁੰਦੀ ਆ, ਜੇ ਕਿਸੇ ਦਾ ਕਮਾਊ ਪੁੱਤ ਚਲਿਆ ਜਾਂਦਾ, ਮੈਂ ਇਹ ਨਹੀਂ ਕਹਿੰਦਾ ਕਿ ਕੋਈ ਬਜ਼ੁਰਗ ਚਲੇ ਗਿਆ, ਚਲੋ ਬਜ਼ੁਰਗ ਨੇ ਤਾਂ ਜਾਣਾ ਹੀ ਆ, ਜੇ ਕਿਸੇ ਦੀਆਂ ਧੀਆਂ ਵਿਆਹਣ ਵਾਲੀਆਂ, ਬੱਚੇ ਵਿਆਹਣ ਵਾਲੇ ਆ, ਉਹ ਬੰਦਾ ਸਮੇਂ ਤੋਂ ਪਹਿਲਾਂ ਚਲਿਆ ਗਿਆ, 50-55 ਸਾਲ ਦੀ ਉਮਰ ਤੋਂ ਪਹਿਲਾਂ ਚਲਿਆ ਗਿਆ ਭਾਈ, ਉੱਥੇ ਬੰਦ ਲਿਫਾਫੇ 'ਚ ਪਾ ਕੇ ਤਿਲ ਫੜੋ, ਉਸ ਪਰਿਵਾਰ ਨੂੰ ਦਿਆ ਕਰੋ। ਇੱਕ ਤਾਂ ਘਰ ਲਿਆ ਜੀ ਚਲਿਆ ਗਿਆ, ਉੱਤੋਂ ਫੁੱਲਣ ਨੇ ਧੂੰਆਂ ਕਰਦਾ, 12,000 ਲੱਗ ਗਿਆ, ਰਹਿੰਦੀ ਖੁੰਦੀ ਆਉਣੀ, ਅਗਲੇ ਦੀ ਇਨਕਮ ਬੰਦ ਹੋ ਗਈ। ਲੋੜ ਉਦੋਂ ਹੁੰਦੀ ਆ, ਨਾ ਕਿ ਵਿਆਹਾਂ ਵੇਲੇ ਫੋਟੋਆਂ ਖਿਚਾ ਕੇ ਸ਼ਗਨ ਦੇਣ ਵੇਲੇ, ਉਸ ਵੇਲੇ ਵੀ ਕੋਈ ਮੰਗਦਾ ਨਹੀਂ ਆ। ਇਹ ਦੇਖੋ ਵੀ ਇਹ ਪਰਿਵਾਰ ਦੇ ਵਿੱਚ ਕਮਾਊ ਸੀ, ਮਗਰ ਜੀ ਕਿੰਨੇ ਨੇ, ਕਮਾਉਣ ਵਾਲਾ ਕੋਈ ਹੈਗਾ ਕਿ ਨਹੀਂ ਹੈ, ਇਹ ਲਾਗੂ ਉੱਥੇ ਹੁੰਦੀ ਹੈ ਗੱਲ। ਇਹ ਨਹੀਂ ਵੀ ਜੇ ਕੋਈ 90 ਸਾਲ ਦਾ ਬੁੜਾ ਮਰ ਗਿਆ ਤਾਂ ਉੱਥੇ ਪੈਸੇ ਦੇਈਏ, ਮੈਂ ਉਹ ਗੱਲ ਨਹੀਂ ਕਰਦਾ, ਲੇਕਿਨ ਇਸ ਸਿਚੁਏਸ਼ਨ ਦੇ ਮੁਤਾਬਕ ਸਾਨੂੰ ਆਪ ਅਵੈਲੂਏਟ ਕਰਨਾ ਪੈਣਾ। ਉਹ ਕਈ ਵਾਰੀ ਆਪਾਂ ਗੋ ਫੰਡ ਲੱਗਦੇ ਦੇਖੇ ਆ, ਸਾਨੂੰ ਪੰਜਾਬੀ ਭਾਈਚਾਰੇ ਨੂੰ ਗੋ ਫੰਡ ਦੀ ਜ਼ਰੂਰਤ ਨਹੀਂ ਆ, ਲੇਕਿਨ ਸਾਨੂੰ ਇੱਕ ਦੂਜੇ ਦੇ ਨਾਲ ਖੜ ਕੇ ਲੜਨ ਦੀ ਜ਼ਰੂਰਤ ਹੈ ਸਮਾਜ ਦੇ ਨਾਲ। ਇਹ ਪਿਰਤ ਕਿਸੇ ਨੂੰ ਸ਼ੁਰੂ ਕਰਨੀ ਪੈਣੀ ਆ, ਤਾਂ ਜਾ ਕੇ ਇਹ ਕੰਮ ਚੱਲਣਾ ਆ। ਸੋ ਸਾਧ ਸੰਗਤ ਜੀ, ਮੇਰੀਆਂ ਗੱਲਾਂ ਜੇ ਕੁਛ ਗਲਤ ਗਈਆਂ ਗਈਆਂ ਹੋਣ ਤਾਂ ਮੈਂ ਮਾਫੀ ਚਾਹਾਂਗਾ। ਵਿਆਹਾਂ ਵੇਲੇ ਮੰਗਤੇ ਬਣ ਕੇ ਦਾਜ ਲੈਣਾ ਬੰਦ ਕਰ ਦਿਓ ਅਤੇ ਇੱਕ ਦੂਜੇ ਦੀ ਮਦਦ ਕਰੋ। ਮਹਿੰਗੇ ਵਿਆਹ ਬੰਦ ਕਰੋ, ਡੈਸਟੀਨੇਸ਼ਨ ਬੈਠਗਾ ਬੰਦ ਕਰੋ, ਅਤੇ ਗੁਰੂ ਘਰਾਂ ਵਿੱਚ ਸਾਦੇ ਲੰਗਰ ਦੀ ਪ੍ਰਥਾ ਚਲਾਓ। ਇੰਨਾ ਕਹਿੰਦਾ ਹੋਇਆ ਅੱਜ ਦਾ ਲਾਈਵ ਖਤਮ ਕਰਦਾ ਹਾਂ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੇ ਕੁਛ ਗਲਤ ਬੋਲਿਆ ਗਿਆ ਹੋਵੇ ਤਾਂ ਮਾਫੀ ਚਾਹਾਂਗਾ, ਪਰ ਮੈਨੂੰ ਪਤਾ ਹੈ ਕੌੜਾ ਸੱਚ ਥੋੜ੍ਹਾ ਹਨਮ ਕਰਨਾ ਔਖਾ ਹੁੰਦਾ ਹੈ। ਧੰਨਵਾਦ।